الحمد لله الذي هدانا لهذا وما كنا لنهتدي لولا أن هدانا الله اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد أعوذ بالله السميع العليم من الشيطان الرجيم بسم الله الرحمن الرحيم وما أرسلناك إلا رحمة للعالمين محبت کے یوں جیسے نے دریا بہائے محبت کے یوں جیسے نے دریا بہائے دل ان کا بھی چھینا جو سر لینے آئے خود کھا کے جو اور جواہر لٹائے خود کھا کے جو اور جواہر لٹائے یوں بندہ نوازی کے گر سکھائے خوشی اپنی اوروں کے غم میں بھلا دی خوشی اپنی اوروں کے غم میں بھلا دی دیا دکھ جس نے اسے بھی دعا دی ہر قسم دی حمد و ثنا اللہ رب رحمان دی ذات واسطے دوستو اور بزرگو عزیز بھائیو کائنات دے پیارے پیغمبر جناب محمد صلی اللہ تعالی علیہ وسلم دی ذات ایسی امت واسطے رعوف اور رحیم ذات ہے کہ نبی نہیں چاہندا کہ میرا امتی کوئی بھی جہنم دا بالن بن جائے نبی مکرم رسول معظم صلی اللہ تعالی علیہ وسلم نے جس انداز دے نال کوئی اسلام لیان دا منتظر ہے حضور نے اسے انداز نال اونوں اسلام وال لیاندا ہے آؤ میں تانوں اس بات کو آگاہ کراں کہ نبی علیہ الصلوۃ والسلام نے کتنی محنت فرمائی اور کائنات دے پیارے پیغمبر جناب محمد صلی اللہ تعالی علیہ وسلم لوگاں واسطے کیسی رحمت بن کے آئے آقا اپنے واسطے رحمت بیگانے واسطے رحمت آقا آن والے مسافراں واسطے رحمت آقا مقیماں واسطے رحمت نے کائنات پیارے پیغمبر علیہ الصلوۃ والسلام نو اللہ ذوالجلال نے نبوت دا تاج پہنا دیتا ہے کائنات پیارے نبی علیہ الصلوۃ والسلام لوگاں تک اللہ دی توحید دا اعلان کر رہے ہیں لوگاں نو اللہ دی توحید ول بلا رہے
ਰਾਮ ਹੈ। ਕੋਈ ਮੇਰੇ ਆਕਾ ਦਾ ਹੁਸਨ ਵੇਖ ਕੇ ਇਸਲਾਮ ਤੇ ਗਾਮਜ਼ਨ ਹੋ ਗਿਆ, ਕੋਈ ਮੇਰੇ ਆਕਾ ਦਾ ਅਖਲਾਕ ਵੇਖ ਕੇ ਮੁਸਲਮਾਨ ਤੇ ਮੋਮਨ ਬਣ ਗਿਆ। ਕਾਇਨਾਤ ਦੇ ਪਿਆਰੇ ਨਬੀ ਅਲੀ ਸਲਾਤੋ ਵਸਲਾਮ ਹੈ। ਇੰਜ ਕਰਕੇ ਮੱਕੇ ਦੀਆਂ ਗਲੀਆਂ ਅੰਦਰ ਚੱਲਦੇ ਜਾ ਰਹੇ ਨੇ, ਮੇਰੇ ਆਕਾ ਤੋਂ ਹੀਦ ਦਾ ਮਿਸ਼ਨ ਲੈ ਕੇ ਜਾ ਰਹੇ ਨੇ, ਤਬਲੀਗ ਦਾ ਮਿਸ਼ਨ ਲੈ ਕੇ ਜਾ ਰਹੇ ਨੇ। ਅਤੇ ਚੱਲਦਿਆਂ ਚੱਲਦਿਆਂ ਮੇਰੇ ਆਕਾ ਇੱਕ ਪਹਿਲਵਾਨ ਕੋਲ ਚਲੇ ਜਾਂਦੇ ਨੇ ਅਤੇ ਜਾ ਕੇ ਆਉਂਦੇ ਨੇ, ਉਹ ਰੁਕਾਨਾ ਇੰਜ ਕਰਨਾ, ਮੇਰਾ ਦੀਨ ਕਬੂਲ ਕਰ ਲੈ, ਮੇਰਾ ਕਲਮਾ ਪੜ੍ਹ ਲੈ, ਮੁਸਲਮਾਨ ਬਣ ਜਾ। ਇਹ ਆਉਂਦਾ ਉਹ ਮੁਹੰਮਦ ਕਹਿ ਦਿਓ ਸੱਲੱਲਾਹੁ ਅਲੈਹਿ ਵਸੱਲਮ, ਆਂਦਾ ਉਹ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਮੈਂ ਤੇਰਾ ਓਨੀ ਦੇਰ ਤੱਕ ਦੀਨ ਕਬੂਲ ਨਹੀਂ ਕਰਾਂਗਾ, ਓਨੀ ਦੇਰ ਤੱਕ ਮੈਂ ਤੇਰਾ ਇਸਲਾਮ ਕਬੂਲ ਨਹੀਂ ਕਰਾਂਗਾ। ਆ ਨਾ ਮੈਂ ਇੱਕ ਸ਼ਰਤ 'ਤੇ ਤੇਰੇ 'ਤੇ ਇਮਾਨ ਲਿਆਵਾਂਗਾ, ਮੇਰੇ ਨਾਲ ਮੈਦਾਨ ਅੰਦਰ ਆ ਜਾ, ਮੈਂ ਤੇਰੇ ਨਾਲ ਕੁਸ਼ਤੀ ਕਰਾਂਗਾ, ਤੂੰ ਮੇਰੇ ਨਾਲ ਘੁਲ ਲੈਣਾ, ਮੈਦਾਨ ਦੇ ਅੰਦਰ ਆ ਕੇ ਮੇਰੇ ਨਾਲ ਕੁਸ਼ਤੀ ਕਰ ਲੈ। ਮੇਰੇ ਆਕਾ ਫਰਮਾਉਂਦੇ ਨੇ, ਐ ਰੁਕਾਨਾ ਗੱਲ ਸੁਣ ਲੈ, ਮੈਂ ਅੱਜ ਤੱਕ ਘੁਲਿਆ ਨਹੀਂ, ਮੈਂ ਕੁਸ਼ਤੀਆਂ ਨਹੀਂ ਕਦੀ ਕੀਤੀਆਂ, ਪਰ ਗੱਲ ਇਹ ਵੇ ਮੈਂ ਤੈਨੂੰ ਇਸਲਾਮ 'ਤੇ ਲਿਆਉਣਾ ਚਾਹੁੰਦਾ ਵਾਂ, ਮੈਂ ਤੈਨੂੰ ਜਹੰਨਮ ਦੀ ਅੱਗ ਤੋਂ ਬਚਾਉਣਾ ਚਾਹੁੰਦਾ ਵਾਂ, ਅਤੇ ਆ ਮੈਦਾਨ ਅੰਦਰ ਮੇਰੇ ਨਾਲ ਕੁਸ਼ਤੀ ਕਰ ਲੈਣਾ। ਮੇਰੇ ਆਕਾ ਅਲੀ ਸਲਾਤੋ ਵਸਲਾਮ ਇਹਦੇ ਨਾਲ ਕੁਸ਼ਤੀ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ। ਆਕਾ ਇੰਜ ਕਰਕੇ ਕੱਪੜਿਆਂ ਸਮੇਤ ਖੜ੍ਹੇ ਹੁੰਦੇ, ਰੁਕਾਨਾ ਨੇ ਲੰਗੋਟਾ ਪਾ ਲਿਆ ਏ, ਆਂਦਾ ਹੈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਆ ਤੂੰ ਵੀ ਕੱਪੜੇ ਉਤਾਰ ਦੇ, ਲੰਗੋਟਾ ਕੱਢ ਕੇ ਮੈਦਾਨ ਅੰਦਰ ਆ ਜਾਣਾ। ਮੇਰੇ ਆਕਾ ਫਰਮਾਉਂਦੇ ਨੇ, ਰੁਕਾਨਾ ਮੈਨੂੰ ਲੰਗੋਟਾ ਪਾਉਣ ਦੀਆਂ ਜ਼ਰੂਰਤਾਂ ਕੋਈ ਨਹੀਂ ਨੇ, ਮੈਂ ਤਿੰਨਾਂ ਲੰਗੋਟਾ ਪਾ ਕੇ ਕੁਸ਼ਤੀਆਂ ਨਹੀਂ ਕਰਨੀਆਂ ਨੇ, ਆ ਇੰਜ ਹੀ ਮੈਦਾਨ ਅੰਦਰ ਆ ਜਾਣਾ। ਮੇਰੇ ਆਕਾ ਇਹਦੇ ਨਾਲ ਕੁਸ਼ਤੀ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ। ਆਕਾ ਨੇ ਇੰਜ ਕਰਕੇ ਇਹਨੂੰ ਹੱਥ ਪਾਇਆ, ਰੁਕਾਨਾ ਕੰਨ ਪੰਨੇ ਜ਼ਮੀਨ 'ਤੇ ਡਿੱਗ ਪੈਂਦਾ ਏ, ਇਹ ਥੱਲੇ ਪਿਆ ਆਉਂਦਾ ਪਿਆ, ਐ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਮੇਰਾ ਪੈਰ ਫਿਸਲ ਗਿਆ ਏ, ਮੈਂ ਇਹਨੂੰ ਨਹੀਂ ਮੰਨਾਂਗਾ, ਮੈਂ ਦੁਬਾਰਾ ਤੇਰੇ ਨਾਲ ਕੁਸ਼ਤੀਆਂ ਕਰਾਂਗਾ। ਮੇਰੇ ਆਕਾ ਫਰਮਾਉਂਦੇ ਨੇ, ਆ ਫਿਰ ਦੁਬਾਰਾ ਆ ਜਾ। ਮੇਰੇ ਆਕਾ ਫਿਰ ਇਹਨੂੰ ਹੱਥ ਲਾਉਂਦੇ ਨੇ, ਇਹ ਫਿਰ ਕੰਨ ਪੰਨੇ ਡਿੱਗ ਪੈਂਦਾ ਏ। ਮੇਰੇ ਆਕਾ ਨੇ ਜਦੋਂ ਇਹਨੂੰ ਥੱਲੇ ਜ਼ਮੀਨ 'ਤੇ ਡਿੱਗ ਦਿੱਤਾ ਏ, ਇਹ ਜ਼ਮੀਨ 'ਤੇ ਲੇਟਿਆ ਲੇਟਿਆ ਆਉਂਦਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਮੈਂ ਨਹੀਂ ਮੰਨਾਂਗਾ, ਮੇਰਾ ਪੈਰ ਫਿਸਲ ਗਿਆ ਏ। ਉਹ ਮੰਨੇ ਕਿਵੇਂ? ਇਹ ਜਨਾਬ ਮੱਕੇ ਦਾ ਬੜਾ ਮੰਨਿਆ ਤਰਮੰਨਿਆ ਪਹਿਲਵਾਨ ਹੈ, ਇਹਦਾ ਅੱਜ ਤੱਕ ਕਿਸੇ ਨੇ ਮੁਕਾਬਲਾ ਕੀਤਾ ਹੀ ਕੋਈ ਨਹੀਂ ਹੈ, ਇਹਦੇ ਨਾਲ ਅੱਜ ਤੱਕ ਕੋਈ ਜਿੱਤ ਕੇ ਗਿਆ ਹੀ ਕੋਈ ਨਹੀਂ ਹੈ। ਇਹ ਥੱਲੇ ਪਿਆ ਆਉਂਦਾ, ਮੇਰਾ ਪੈਰ ਫਿਸਲ ਗਿਆ ਏ, ਆਉਂਦਾ ਮੈਂ ਦੁਬਾਰਾ ਤੇਰੇ ਨਾਲ ਘੁਲਾਂਗਾ। ਮੇਰੇ ਆਕਾ ਫਰਮਾਉਂਦੇ ਨੇ, ਆ ਨਾ ਤੀਸਰੀ ਵਾਰ ਆ ਜਾ। ਮੇਰੇ ਆਕਾ ਨੇ ਤੀਸਰੀ ਵਾਰ ਇਹਨੂੰ ਇੰਜ ਕਰਕੇ ਹੱਥ ਲਾਇਆ, ਇਹ ਜ਼ਮੀਨ 'ਤੇ ਇੰਜ ਕਰਕੇ ਡਿੱਗ ਪੈਂਦਾ ਹੈ, ਇਹਦੀ ਕੰਡ ਲੱਗ ਜਾਂਦੀ ਹੈ ਅਤੇ ਥੱਲੇ ਪਿਆ ਹੀ ਆਉਂਦਾ, ਅਸ਼ਹਾਦੋ ਅੱਲਾਹ ਇਲਾਹ ਵਾਹਦਹੁ ਲਾ ਸ਼ਰੀਕ ਲਾ, ਵਾ ਅਸ਼ਹਾਦੋ ਅੰਨਾ ਮੁਹੰਮਦਨ ਅਬਦੁਹੁ ਰਸੂਲ। ਇਹ ਜ਼ਮੀਨ 'ਤੇ ਲੇਟਿਆ ਲੇਟਿਆ ਹੀ ਕਲਮਾ ਪੜ੍ਹਦਾ ਅਤੇ ਮੇਰੇ ਆਕਾ ਦਾ ਮੁਰੀਦ ਬਣ ਜਾਂਦਾ ਹੈ। ਮੈਂ ਇਸੇ ਵਾਸਤੇ ਕਹਿ ਰਿਹਾ, ਅੱਲਾ ਜ਼ੁਲ ਜਲਾਲ ਦਾ ਕੁਰਾਨ ਦੁਹਾਈਆਂ ਦੇ ਕੇ ਕਹਿ ਰਿਹਾ, ਫਰਮਾਇਆ ਵਾ ਅਰਸਲਨਾਕਾ ਇਲਾ ਰਹਿਮਤ ਲਿਲ ਆਲਮੀਨ। ਅਤੇ ਕਹਿਣ ਵਾਲਾ ਆਪਣੇ ਅੰਦਾਜ਼ ਨਾਲ ਤਰਜਮਾਨੀਆਂ ਕਰਦਾ ਹੈ, ਫਰਮਾਉਂਦੇ ਨੇ, ਮੱਕੇ ਚੰਨ ਚੜ੍ਹਿਆ ਜਗ ਲੋ ਹੋਈ, ਮੱਕੇ ਚੰਨ ਚੜ੍ਹਿਆ ਜਗ ਲੋ ਹੋਈ, ਅਤੇ ਸੋਹਣਾ ਕੁਫਰ ਦੀ ਰਾਤ ਮੁਕਾਨ ਆਇਆ, ਅਤੇ ਰਾਹੋਂ ਭੁੱਲੇ ਜਾਂਦਿਆਂ ਰਾਈਆਂ ਨੂੰ, ਅਤੇ ਗਲੀ ਬਾਗ ਬਹਿਸ਼ਤ ਵਖਾਨ ਆਇਆ,
ਤੇ ਗੋਤੇ ਖਾਂਦਿਆਂ ਬਹਿਰੇ ਜ਼ੁਲਮਾਂ ਤੇ ਅੰਦਰ ਉਹ ਗੋਤੇ ਖਾਂਦਿਆਂ ਬਹਿਰੇ ਜ਼ੁਲਮਾਂ ਤੇ ਅੰਦਰ ਤੇ ਹੱਥ ਪਾ ਸ਼ਫਕਤ ਬੰਨੇ ਲਾਨ ਆਇਆ ਤੇ ਸਮਸਾਮ ਕਿਉਂ ਨਾ ਕਰਾਂ ਮੈਂ ਕਦਮ ਬੋਸੀ ਮੇਰੇ ਸੁੱਤੇ ਹੋਏ ਲੇਖ ਜਗਾਨ ਆਇਆ ਵਮਾ ਤੌਫੀਕੀ ਇਲਾ ਬਿੱਲਾ।